ਅਸੀਂ ਖਲੋਤੇ ਆ ਹਲਕਾ ਖਡੂਰ ਸਾਹਿਬ ਦੇ ਪਿੰਡ ਮੁੰਡਾ ਪਿੰਡ ਘੜਕਾ ਗੁੱਜਰਪੁਰਾ ਜਿੱਥੇ ਕਿ ਬਿਆਸ ਦਰਿਆ ਦਾ ਜਿਹੜਾ ਬੰਨ੍ਹ ਆ ਟੁੱਟ ਚੁੱਕਾ ਵਾ ਔਰ ਜਿਹਦੇ ਨਾਲ ਹਜ਼ਾਰਾਂ ਹੀ ਏਕੜ ਜਿਹੜੀ ਫਸਲ ਆ ਪਾਣੀ 'ਚ ਡੁੱਬ ਚੁੱਕੀ ਆ। ਇਹਦੇ ਵਿੱਚ ਝੋਨਾ ਕਮਾਦ ਅਤੇ ਹੋਰ ਕਈ ਤਰ੍ਹਾਂ ਦੀਆਂ ਫਸਲਾਂ ਜਿਹੜੀਆਂ ਕਿਸਾਨਾਂ ਦੀਆਂ ਬਰਬਾਦ ਹੋ ਗਈਆਂ ਵਾ। ਸਾਡੇ ਨਾਲ ਇਸ ਵੇਲੇ ਇਲਾਕੇ ਦੇ ਜਿਹੜੇ ਮੋਹਤਬਰ ਬਾਬੇ ਨੇ ਇਹ ਦੱਸ ਰਹੇ ਤੇ ਸੇਵਾ ਵੀ ਚਲਾ ਰਹੇ ਨੇ ਸੰਤ ਬਾਬਾ ਸੁਖਾ ਸਿੰਘ ਜੀ ਕਾਰ ਸੇਵਾ ਸੰਪਰਦਾ ਸਰਿਆਲੀ ਵਾਲੇ ਸੰਗਤਾਂ ਨੂੰ ਲੈ ਕੇ ਸਹਿਯੋਗ ਦੇ ਨਾਲ ਬੰਨ ਬੰਨਣ ਦੇ ਆ। ਕੋਈ ਵੀ ਪ੍ਰਸ਼ਾਸਨ ਦਾ ਅਧਿਕਾਰੀ ਅਜੇ ਤੱਕ ਨਹੀਂ ਇੱਥੇ ਪਹੁੰਚਿਆ ਔਰ ਸੰਗਤਾਂ ਦੇ ਸਹਿਯੋਗ ਨਾਲ ਬੰਨ ਬੰਨਿਆ ਜਾ ਰਿਹਾ ਵਾ ਔਰ ਪਿਛਲੇ ਲੰਮੇ ਸਮੇਂ ਤੋਂ ਇਸ ਇਲਾਕੇ ਦੀ ਸੰਗਤ ਜਿਹੜੀ ਉਹ ਡਿਮਾਂਡ ਹੈਗੀ ਆ ਵੀ ਤੁਸੀਂ ਬੰਨ ਬੰਨਿਆ ਜਾਵੇ। ਸਰਕਾਰਾਂ ਨੂੰ ਅਪੀਲ ਕੀਤੀ ਆ ਪਰ ਸਰਕਾਰਾਂ ਦੇ ਕੰਨਾਂ ਦੇ ਅਜੇ ਤੱਕ ਜੂ ਨਹੀਂ ਸਰਕੀ। ਆਮ ਪਾਰਟੀ ਦੀ ਸਰਕਾਰ ਵੀ ਆਈ ਆ, ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ। ਸਾਡੇ ਨਾਲ ਇੱਧਰ ਦੇ ਸਿੰਘ ਨੇ ਇਹ ਦੱਸਣਗੇ ਵੀ ਕੀ ਮੁਸ਼ਕਲਾਂ ਆ ਰਹੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੁਸ਼ਕਲਾਂ ਤਾਂ ਬਹੁਤ ਜ਼ਿਆਦੀਆਂ, ਜੋ ਇਲਾਕੇ ਦੀ ਜ਼ਮੀਨ ਜਿਹੜੀ ਆ ਸਾਰੇ ਲੱਕ ਪੱਠਾ ਡੱਕਾ ਜੋ ਮੰਡ 'ਚ ਹੀ ਆ ਸਾਰਾ ਕੁਛ, ਇੰਨੀ ਜ਼ਿਆਦਾ ਮੁਸ਼ਕਲ ਆ ਵੀ ਸਾਰੀ ਸਾਰੀ ਜ਼ਮੀਨ ਇੱਥੇ ਲੋਕਾਂ ਦੀ ਹੈਗੀ ਆ। ਅਤੇ ਅੱਗੇ 3 ਸਾਲ ਪਾਣੀ ਦਾ ਬਚਾ ਰਿਹਾ ਉਦੋਂ ਪਿਛਾਂ, ਅਤੇ ਹੁਣ ਤਾਂ ਆਪਣਾ ਮਹੀਨਾ ਹੋ ਗਿਆ ਪਾਣੀ ਮਹੀਨੇ ਤੋਂ ਉੱਪਰ ਹੀ ਹੋ ਗਿਆ, ਅਤੇ ਆਹ ਝੋਨੇ ਝਾਨੇ ਦੇ ਦੀਦੇ ਨਿਕਲ ਗਏ ਸਾਰੇ, ਅਤੇ ਹੁਣ ਦਰਿਆ ਜਿਹੜਾ ਵਾ ਢਾਹ ਲਾ ਕੇ ਇੱਧਰ ਨੂੰ ਠਾਹ ਨੂੰ ਗੁੱਜਰਪੁਰ ਪਿੰਡ ਵੱਲ ਨੂੰ ਅਤੇ ਮੁੰਡੇ ਪਿੰਡ ਵੱਲ ਨੂੰ ਵੀ ਕਾਫੀ 7-8 ਕਿੱਲੇ ਠਾਹ ਆ ਗਿਆ। ਹਾਂਜੀ ਹਾਂਜੀ, ਬਹੁਤ ਜ਼ਿਆਦਾ ਨੁਕਸਾਨ ਆ। ਹਰੀਕੇ ਸਾਡੇ ਪਹਿਲਾਂ ਜਦੋਂ ਬਾਦਲ ਸਰਕਾਰ ਸੀ ਉਦੋਂ ਅਜਮੇਜਾ ਸਿੰਘ ਸਿੱਖ ਹੋਏ ਉਹ ਮਹਿਕਮਾ ਸੀ ਉਹਨਾਂ ਕੋਲ, ਅਤੇ ਉਹਨਾਂ ਨੇ ਗਾੜੀ ਦਰ ਨਾ ਚੁੱਕਣ ਦੇਣੇ, ਹੁਣ ਲਾਲਜੀਤ ਭੁੱਲਰ ਆ ਅਤੇ ਗਾੜੀ ਵੀ ਦਰ ਕੇ ਨਹੀਂ ਚੁੱਕਣ ਦਿੰਦੇ ਮਗਰ ਡਾਫ ਮਾਰਦੇ ਪਾਣੀ ਦੀ। ਕੀ ਕਾਰਨ ਹੈਗਾ ਜਿਹੜਾ ਪਾਣੀ ਦਾ ਅੱਗੇ ਵਹਾਅ ਨਹੀਂ ਦਿੱਤਾ ਜਾ ਰਿਹਾ, ਕਿੱਥੋਂ ਦਰ ਖੋਲ੍ਹਣੇ ਪੈਣਗੇ ਜਿਹੜਾ ਪਾਣੀ ਦਾ ਇੱਧਰੋਂ ਉਹਦਾ ਘੱਟ ਲੈਵਲ ਘੱਟ ਹੋਵੇ? ਇਹ ਜੀ ਮਗਰੋਂ ਆ ਜਿਹੜਾ ਮੂੰਹ ਆ ਇਹ ਵੱਜਦਾ ਤਾਂ ਵਾ ਜੇ ਮਗਰੋਂ ਪਾਣੀ ਘਟੇ ਅਤੇ ਗਾੜੀਓਂ ਦਰ ਚੁੱਕੇ ਜਾਣ। ਬਿਲਕੁਲ ਦੇਖਣ ਨੂੰ ਮਿਲਦਾ ਪਾਣੀ ਦੇ ਵਿੱਚ ਜਿਹੜੀਆਂ ਝੋਨੇ ਦੀਆਂ ਮੁੰਜਰਾਂ ਸਾਫ਼ ਦਿਖਾਈ ਦੇਣ ਦੀਆਂ ਬੜੀਆਂ ਐਵਲੇ ਡੁੱਬੀਆਂ ਹੋਈਆਂ ਵਾ, ਔਰ ਕਿੰਨੇ ਏਕੜ ਝੋਨਾ ਹੋਊਗਾ ਜਿਹੜਾ ਇਸ ਤਰ੍ਹਾਂ ਡੁੱਬ ਚੁੱਕਾ? ਇਹ ਤਾਂ 2-3 ਹਜ਼ਾਰ ਕਿੱਲਾ ਜੀ, ਜਿਹੜਾ ਬਾਕੀ ਵੀ ਜਿਹੜਾ ਝੋਨਾ ਬਚਿਆ ਵੀ ਆ ਉਹਨਾਂ ਨੂੰ ਕੋਈ ਰਾਹ ਖੜਾ ਨਹੀਂ, ਥੱਲੇ ਪਾਣੀ ਆ, ਗੰਨੇ 'ਚ ਵੀ ਪਾਣੀ ਆ, ਸਾਰਾ ਖਰਾਬ ਹੋ ਗਿਆ। ਬਿਲਕੁਲ ਜੀ, ਕਮਾਦ ਦੀ ਫਸਲ ਵੀ ਖਰਾਬ ਹੋ ਚੁੱਕੀ ਆ ਔਰ ਜਿਹੜਾ ਗੰਨਾ ਵਾ ਉਹ ਵੀ ਖਰਾਬ ਹੋ ਚੁੱਕਾ ਵਾ। ਔਰ ਸਾਡੇ ਨਾਲ ਹੋਰ ਵੀ ਸਿੰਘ ਹੈਗੇ ਆ ਜਿਹੜੇ ਇਹਦੇ ਪਰ ਜਾਣਕਾਰੀ ਦੱਸਣਗੇ ਵੀ। ਹਾਂਜੀ ਸਰਪੰਚ ਸਾਹਿਬ, ਕਿੰਨਾ ਢਾਈ ਘੰਟੇ ਪਿੰਡਾਂ ਦਾ ਤਾਂ ਬਹੁਤ ਜ਼ਿਆਦਾ ਜੀ, 4-5 ਪਿੰਡ ਜਿਹੜੇ ਆ ਬਿਲਕੁਲ ਪਾਣੀ ਦੀ ਮਾਰ ਹੇਠਾਂ ਆਏ ਆ ਜੀ ਇਸ ਟਾਈਮ। ਹੁਣ ਤੱਕ ਕਈ ਸਰਕਾਰਾਂ ਆਈਆਂ, ਉਹਨਾਂ ਨੇ ਕਿਹਾ ਵਾ ਵੀ ਬੰਨ ਬਣਾ ਦਿੰਦੇ ਆ ਕਰ ਦਿੰਦੇ ਆ, ਪਰ ਤੁਹਾਡੀ ਬਾਂਹ ਕੌਣ ਫੜਦਾ ਮੌਕੇ ਦਾ? ਸਾਡੀ ਬਾਂਹ ਪਿਛਲੀ ਸਰਕਾਰ ਕਾਂਗਰਸ ਵੇਲੇ ਫੜੀ ਗਈ ਹੈਗੀ, ਉਹਨਾਂ ਨੇ ਬੰਨ ਦੀ ਜਿਹੜੀ ਆ ਸਾਰੀ ਮਨਜ਼ੂਰੀ ਐਸਟੀਮੇਟ ਸਾਰਾ ਕੁਛ ਪੈਸੇ ਵੀ ਪਾਸ ਹੋਏ ਸੀਗੇ ਬਾਅਦ ਸਾਹਿਬ ਮੁੜ ਕੇ ਗਾੜੀ ਸਰਕਾਰ ਚੇਂਜ ਹੋਣ ਤੋਂ ਬਾਅਦ ਆ ਜਿਹੜਾ ਕੰਮ ਉੱਥੇ ਸਾਰਾ ਦਾ ਸਾਰਾ ਰਹਿ ਗਿਆ। ਅਤੇ ਰਾਤ ਨੂੰ ਸਾਡੇ ਸਾਬਕਾ ਵਿਧਾਇਕ ਰਮਨ ਜੀ ਸਿੱਕੀ ਹੋਣੀ ਮੌਕਾ ਵੇਖ ਕੇ ਗਏ ਆ, ਪਹਿਲਾਂ ਵੀ 2 ਵਾਰੀ ਵੇਖ ਕੇ ਆਏ ਆ, ਪਰ ਹੁਣ ਜਿਹੜੀ ਮੌਜੂਦਾ ਸਰਕਾਰ ਇਹਨੇ ਤਾਂ ਬਿਲਕੁਲ ਉਹ ਸਾਰ ਹੀ ਨਹੀਂ ਲਈ ਆ ਕੇ ਕਿ ਅੱਜ 45 ਦਿਨ ਹੋ ਗਿਆ ਪਾਣੀ ਖੜ੍ਹੇ ਨੂੰ, ਅਤੇ ਕੋਈ ਪ੍ਰਸ਼ਾਸਨ ਦੀ ਜਾਂ ਕੋਈ ਕਿਸੇ ਹੈ ਹੀ ਨਹੀਂ ਹੈ ਕਿ ਮਹਿਕਮੇ ਵੱਲੋਂ ਸਾਨੂੰ ਕੋਈ ਸਹੂਲਤ ਮਿਲੀ ਹੋਵੇ ਪਿੰਡ ਨੂੰ। ਆਹ ਸਿਰਫ ਹੁਣ ਬਾਬਾ ਜੀ ਹੋਣੀ ਆ ਕੇ ਇਹਨਾਂ ਨੇ ਬੀੜਾ ਚੁੱਕਿਆ, ਉਹ ਦਹਿ ਦੇ ਸੰਯੋਗ ਦੇਣ ਸਾਰਾ ਸਾਨੂੰ। ਬਿਲਕੁਲ ਦੱਸਿਆ ਜਾ ਰਿਹਾ ਵੀ ਜਿਹੜੀ ਹੁਣ ਮੌਕੇ ਦੀ ਸਰਕਾਰ ਆ, ਆਮ ਪਾਰਟੀ ਦੀ ਸਰਕਾਰ ਜਿਹੜੀ ਬਣੀ ਆ ਸੱਤਾ ਦੇ ਵਿੱਚ, ਇਹਨੇ ਕੋਈ ਸੁਣਵਾਈ ਨਹੀਂ ਕੀਤੀ, ਲੋਕ ਇਹਨਾਂ ਨਾਲ ਕਾਫੀ ਨਾਰਾਜ਼ ਦਿਖਾਈ ਦੇ ਰਹੇ ਨੇ। ਔਰ ਇੱਥੋਂ ਦੀ ਜਿਹੜੇ ਸੰਪਰਦਾ ਕਾਰ ਸੇਵਾ ਸਰਿਆਲੀ ਆ ਜਿਹੜੀ ਜਿਨ੍ਹਾਂ ਦੇ ਮੁਖੀ ਨੇ ਸੰਤ ਬਾਬਾ ਸੁਖਾ ਸਿੰਘ, ਉਹਨਾਂ ਦੇ ਉਪਰਾਲੇ ਦੇ ਸਦਕਾ ਜਿਹੜਾ ਬੰਨ ਬੰਨਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਆ, ਔਰ ਦੇਖੋ ਕਿੰਨੇ ਦਿਨਾਂ ਦੇ ਵਿੱਚ ਬੰਨ ਬੰਨਦੇ ਆ। ਪ੍ਰਸ਼ਾਸਨ ਦਾ ਕੋਈ ਅਧਿਕਾਰੀ ਇਹਨਾਂ ਦਾ ਅੱਜ ਤੱਕ ਇੱਥੇ ਜਿਹੜਾ ਪਹੁੰਚ ਕੇ ਸਾਰਨੀ ਕਾ ਲੈ ਰਿਹਾ, ਔਰ ਵੇਖਣਾ ਹੋਊਗਾ ਵੀ ਅਜੇ ਅਗਲੇ ਦਿਨਾਂ ਦੇ ਵਿੱਚ ਵੀ ਪ੍ਰਸ਼ਾਸਨ ਦੇ ਕੰਨਾਂ 'ਤੇ ਜੂੰ ਸਰਕਦੀ ਆ, ਸਰਕਾਰ ਦੇ ਕੰਨਾਂ 'ਤੇ ਜੂੰ ਸਰਕਦੀ ਆ, ਇਹਨਾਂ ਦੀ ਸਾਰ ਕੋਈ ਲੈਂਦਾ ਵਾ ਕਿ ਨਹੀਂ ਲੈਂਦਾ। ਮਨਵਿੰਦਰ ਮਿਲਾਪ, ਮਿਲਾਪ ਨਿਊਜ਼, ਤਰਨ ਤਾਰਨ। ਸਾਤ
ਹਾਂਜੀ ਮੇਰਾ ਜੀ ਕਵਲਜੀਤ ਸਿੰਘ ਕੀ ਗੱਲਬਾਤ ਹੋਈ ਹੈ ਤੇ ਕਿਹੜਾ ਇਲਾਕਾ ਵਾ ਇਹ ਮੁੰਡਾ ਪਿੰਡਾ ਜੀ ਕੀ ਗੱਲ ਹੋਈ ਹੈ ਬਾਬਾ ਜੀ ਇਹ ਪਾਣੀ ਬੰਨ ਟੁੱਟ ਗਿਆ ਪਾਣੀ ਆਉਣਾ ਜ਼ਿਆਦਾ ਤੇ ਇਹਨੂੰ 2 ਮਹੀਨੇ ਹੋ ਗਏ ਟੁੱਟੇ ਕਿਹੜਾ ਦਰਿਆ ਵਾ ਦਰਿਆ ਪਿਆ ਹੈ ਜੀ ਕੀ ਕਹਿਣਾ ਚਾਹੁੰਦੇ ਜੀ ਕੀ ਇਹਨਾਂ ਦਾ ਨੁਕਸਾਨ ਹੋ ਗਿਆ ਬਹੁਤ ਨੁਕਸਾਨ ਜੀ ਆ ਜਿਹੜੀ ਇਹਦੇ ਵਿੱਚ ਦਰਿਆ ਵਗੰਡਾ ਇੱਥੇ ਆੜਾੜਾ ਝੋਨਾ ਹੀ ਜੀ ਇਹ ਝੋਨ 20 ਫੁੱਟ ਪਾਣੀ 30 ਵਗੰਡਿਆ ਜੀ ਤੇ ਕੋਈ ਸਰਕਾਰ ਨੇ ਕੋਈ ਨਹੀਂ ਆਇਆ ਕੋਈ ਲੈਣਾ ਨਾ ਦਾਰੀ ਕਿਹਾ ਰਿਹਾ ਪਾਣੀ ਨਹੀਂ ਛਾਉਂਦੇ ਗਾੜੀ ਜੇ ਜਾਈਦਾ ਤੇ ਆਉਂਦੇ ਹੀ ਅੱਜ ਇੰਨਾ ਘਟਣਾ ਇੰਨਾ ਘਟਣਾ ਜੋ ਵੇਖੋ 25-26 ਹਜ਼ਾਰ ਚੂਸ ਕਰਨ ਡਿਆ ਬਾਬਾ ਸੁੱਕਾ ਆਉਣਾ ਜੀ 5-6 ਦਿਨ ਹੋ ਗਿਆ ਜੀ ਯਾਰਾਂ ਦੇ ਹਾਲ ਨਾਲ ਸੰਗਤ ਲੈ ਕੇ ਆਉਣ ਡੇ ਮਾਇਆ ਵੀ ਲਾਉਣ ਡਿਆ ਤੇ ਸੰਗਤ ਵੇਖੋ ਹੁਣ ਉੱਥੇ ਵੇਖੀਆਂ ਗੱਡੀਆਂ ਕਿੰਨੀਆਂ ਖਲੋਤੀਆਂ ਕਿੰਨਾ ਨੁਕਸਾਨ ਹੋ ਗਿਆ ਨੁਕਸਾਨ ਨਹੀਂ ਕਰੋੜਾਂ ਰੁਪਈਆ ਨੁਕਸਾਨ ਤਿੰਨਾਂ ਪਿੰਡਾਂ ਦਾ ਮੁੰਡਾ ਪਿੰਡ ਗੁੱਜਰਪੁਰ ਘੜਕਾ ਤਿੰਨਾਂ ਪਿੰਡਾਂ ਦਾ ਨੁਕਸਾਨ ਰਿਹਾ ਹੀ ਕੱਖ ਜੀ ਗਾਂ ਆਉਣ ਦੀ ਫਸਲ ਦੀ ਵੀ ਝਾੜ ਗਈ ਕਣਕ ਬੀਜਣ ਦੀ ਵੇਖੋ 10-10 ਫੁੱਟ ਪਾਣੀ ਕਿੰਨੀ ਏਕੜ ਜ਼ਮੀਨ ਹੋ ਗਈ ਜਿਹੜੀ ਲੋਕ ਏਕੜ ਜੀ ਇਹ ਮੇਰਾ 5000 ਕਿੱਲੇ ਦੇ ਤਾਂ 7000 ਕਿੱਲੇ ਸਰਕਾਰੀ ਅਧਿਕਾਰੀ ਆਇਆ ਨਹੀਂ ਕੋਈ ਨਹੀਂ ਆਇਆ ਕੀ ਮੰਗ ਕਰਦੇ ਕੀ ਹੋਣਾ ਅਸੀਂ ਮੰਗ ਕਰਦੇ ਆ ਵੀ ਸਰਕਾਰ ਜਾਂ ਸਾਨੂੰ ਮੁਆਵਜ਼ਾ ਦੇਵੇ ਤੇ ਬੰਦ ਵੱਜੇ ਪੱਕਾ ਬੰਦ ਵੱਜੇ ਕੋਈ ਹੱਲ ਹੋਵੇ ਸਾਡਾ ਮਨਜ਼ੂਰੀ ਸਰਕਾਰ ਕਰੇ ਇਹ ਤਰ੍ਹਾਂ ਲਾਰੇ ਲਾ ਕੇ ਸਰਕਾਰਾਂ ਸਾਨੂੰ ਤੇ 20 ਸਾਲ ਹੋਏ ਆ ਇਹ ਤਰ੍ਹਾਂ ਹੀ ਸਾਡੇ ਤੇ ਬੱਚਿਆਂ ਨੂੰ ਕਹਾਂ ਕਿਸੇ ਨੇ ਰਸਤਾ ਨਹੀਂ ਕਰਨਾ ਉਹ ਆ ਰਿਹਾ ਜੀ ਦੇਖੋ ਜਿਹੜਾ ਇਹ ਬੰਨ ਟੁੱਟਿਆ ਨਾ ਇਹ 100% ਸਰਕਾਰ ਦੀ ਮੈਂ ਕਹੂੰਗਾ ਅਣਗਹਿਲੀ ਕਰਕੇ ਟੁੱਟਿਆ ਮੈਂ ਇਹ ਮੁੱਦਾ 45 ਦਿਨ ਪਹਿਲਾਂ ਪ੍ਰੈਸ ਕਾਨਫਰੰਸ ਰਾਹੀਂ ਵੀ ਦੱਸਿਆ ਸੀ ਸਰਕਾਰ ਨੂੰ ਕਿ ਇਹ ਕੰਮ ਹੋਣਾ ਉਸ ਤੋਂ ਬਾਅਦ ਸੈਸ਼ਨ 'ਚ ਵੀ ਚੱਕਿਆ ਇਹ ਮੁੱਦਾ ਠੀਕ ਹੈ ਨਾ ਪਰ ਕਿਸੇ ਨੇ ਉਹਦੇ 'ਤੇ ਕੋਈ ਗੌਰ ਨਹੀਂ ਕੀਤਾ ਤੇ ਅੱਜ ਜਿਹੜੀ ਚੀਜ਼ ਹੋਈ ਹੈ ਸਰਕਾਰ ਦੀ ਅਣਗਹਿਲੀ ਕਰਕੇ ਹੋਈ ਹੈ ਵੱਧ ਪਾਣੀ ਛੱਡਣ ਕਰਕੇ ਹੋਈ ਹੈ ਪਿੱਛੋਂ ਨੰਬਰ 1 ਨੰਬਰ 2 ਹਰੀਕੇ ਤੋਂ ਪਾਣੀ ਨਹੀਂ ਰਿਲੀਜ਼ ਹੋ ਰਿਹਾ ਉਸ ਕਰਕੇ ਹੋਈ ਆ ਤੇ ਉਹ ਜਿਹੜਾ ਪਾਣੀ ਹਰੀਕੇ ਵਾਲਾ ਲੋਕਾਂ ਦੇ ਖੇਤਾਂ 'ਚ ਤੁਰਿਆ ਫਿਰਦਾ ਜਿਹੜਾ ਅੱਗੇ ਜਾਣਾ ਚਾਹੀਦਾ ਸੀ ਕਿੰਨਾ ਦਾ ਨੁਕਸਾਨ ਹੋਇਆ ਹੋਊਗਾ ਸਰ ਕਿੰਨੇ ਪਿੰਡਾਂ ਦਾ ਵੇਖੋ ਜੋ ਅੰਦਾਜ਼ਾ 3000 ਕਹਿ ਲਓ 4000 ਏਕੜ ਕਹਿ ਲਓ ਜੇ 4000 ਏਕੜ ਦੀ ਗੱਲ ਕਰੀਏ ਤਾਂ ਕਿੰਨੇ ਪਰਿਵਾਰ ਜਿਨ੍ਹਾਂ ਦੀਆਂ ਇੱਕ ਫਸਲ ਤਾਂ ਇਹ ਚਲੀ ਗਈ ਝੋਨਾ ਅਤੇ ਜੋ ਹਾਲ ਹੈਗਾ ਪਾਣੀ ਦਾ ਜੇ ਪਾਣੀ ਟਾਈਮ ਸਿਰ ਸਰਕਾਰ ਨਹੀਂ ਯੋਗਦਾਨ ਪਾਉਂਦੀ ਕੱਢਣ ਦੇ ਵਿੱਚ ਤਾਂ ਫਿਰ ਅਗਲੀ ਕਣਕ ਬੀਜਣੀ ਵੀ ਔਖੀ ਹੋ ਜਾਣੀ ਵੇਖੋ ਜ਼ਿੰਮੇਵਾਰੀ ਸਰਕਾਰ ਦੀ ਬਣਦੀ ਸੀ ਇਸ ਸਮੱਸਿਆ ਚੋਂ ਲੋਕਾਂ ਨੂੰ ਕੱਢਣ ਦੀ ਪਰ ਉਹ ਜ਼ਿੰਮੇਵਾਰੀ ਸਾਡੇ ਬਾਬਾ ਸੁੱਖਾ ਸਿੰਘ ਜੀ ਸਰਿਆਲੀ ਵਾਲੇ ਉਹਨਾਂ ਨੇ ਚੱਕੀ ਆ ਤਾਂ ਸਾਰਾ ਸਿਸਟਮ ਜਿੰਨਾ ਬੰਨ ਕੱਲ ਵੀ ਇੱਕ ਬੰਨ ਸਵੇਰੇ ਟੁੱਟਿਆ ਹੋਵੇ ਉਹਨਾਂ ਨੇ ਆਪ ਸੰਗਤ ਨਾਲ ਲੱਗ ਕੇ ਬੰਨਿਆ ਇਸ ਵਾਲੇ ਬੰਨੇ ਵੀ ਲੱਗੇ ਹੋਏ ਆ ਸਰਕਾਰ ਕੋਲੋਂ ਸਿਰਫ ਇੱਕ ਚੀਜ਼ ਦੀ ਮੰਗ ਕੀਤੀ ਬਾਬਾ ਜੀ ਕਿ ਵੀ ਭਾਈ ਪਾਣੀ ਦਾ ਲੈਵਲ ਪਿੱਛੋਂ ਥੋੜ੍ਹਾ ਜਿਹਾ ਘਟਾ ਦਿਓ ਹੁਣ ਬਾਰਿਸ਼ਾਂ ਤਾਂ ਕਿਤੇ ਹੋ ਨਹੀਂ ਰਹੀਆਂ ਪੌਂਗ ਡੈਮ ਲੈਵਲ ਦੇ ਵਿੱਚ ਪੌਂਗ ਡੈਮ ਦੇ ਵਿੱਚ ਜਿੱਥੋਂ ਪਿੱਛੋਂ ਪਾਣੀ ਆ ਰਿਹਾ ਉੱਥੇ ਲੈਵਲ ਘੱਟ ਹੈਗਾ ਅਤੇ 2 ਦਿਨ ਸਰਕਾਰ ਰੋਕ ਵੀ ਸਕਦੀ ਹੈ ਜੇ ਇਸ ਚੀਜ਼ 'ਤੇ ਕੋਈ ਬੰਦਾ ਦਿਮਾਗ ਲਾਵੇ ਪਰ ਸਰਕਾਰ ਨੇ ਇਸ ਚੀਜ਼ 'ਤੇ ਦਿਮਾਗ ਨਹੀਂ ਲਾਇਆ ਬਲਕਿ ਜਿਹੜਾ ਪਾਣੀ MB ਲਿੰਕ ਦਾ ਪਾਕਿਸਤਾਨ ਨੂੰ ਨਿਕਲ ਸਕਦਾ ਸੀ ਉਹ ਪਾਣੀ ਬਿਆਸ ਦਰਿਆ 'ਚ ਸਿੱਟੀ ਜਾਂਦੇ ਆ 7000 ਕਿਊਸਿਕ ਰੋਜ਼ ਦਾ ਜਿੱਥੇ ਪਤਾ ਵੀ ਲੋਕ ਪਹਿਲਾਂ ਹੀ ਡੁੱਬੇ ਪਏ ਆ ਮੈਨੂੰ ਤਾਂ ਸਰਕਾਰ ਦੀ ਮੈਨੇਜਮੈਂਟ ਬਣਾਉਣ ਦੀ ਕੋਈ ਚੀਜ਼ ਹੀ ਨਹੀਂ ਹੈਗੀ ਟੋਟਲ ਅਣਗਹਿਲੀ ਬੰਨ ਟੁੱਟ ਗਿਆ ਜੀ 2.5-3 ਮਹੀਨੇ ਹੋ ਗਏ ਬੰਨ ਟੁੱਟੇ ਨੂੰ ਝੋਨਾ ਸਾਡਾ ਸਾਰਾ ਮਾਰਿਆ ਗਿਆ ਵਾ ਨਾ ਕੋਈ ਡੰਗਰਾਂ ਦਾ ਫਸਲ ਦਾ ਕੋਈ ਸਾਡਾ ਚਾਰਾ ਵੀ ਨਹੀਂ ਰਿਹਾ ਅਸੀਂ ਧੰਨਵਾਦ ਕਰਦੇ ਬਾਬਾ ਸੁੱਖਾ ਸਿੰਘ ਦਾ ਜਿਨ੍ਹਾਂ ਨੇ ਸਾਡੀ ਅੱਜ ਇਹ ਬਾਂਹ ਫੜੀ ਆ ਸਾਰ ਲਈ ਆ ਜਿਨ੍ਹਾਂ ਨੂੰ ਅੱਜ 8-10 ਦਿਨ ਹੋ ਗਏ ਪੂਰੇ ਜ਼ੋਰ ਦੇ ਨਾਲ ਬੰਨ ਬੰਨਣ ਡਏ ਆ ਪਰ ਪਾਣੀ ਜ਼ਿਆਦਾ ਹੋ ਕਰਕੇ ਉਹ ਵੀ ਸਾਡੇ ਤੋੜੇ ਜਿਹੜੇ ਆ ਰੋਜ਼ ਰੁੜ ਜਾਂਦੇ ਆ ਫਿਰ ਬਾਬਾ ਜੀ ਨਵੇਂ ਮੰਗਾਉਂਦੇ ਆ ਬੇਨਤੀ ਕਰਨ ਡਿਆ ਸਰਕਾਰ ਨੇ ਨਾ ਸਾਡਾ ਮੌਜੂਦਾ MLA ਨੇ ਪਤਾ ਲਿਆ ਵੀ ਪਾਣੀ ਘਟਾ ਦਿਆਂ ਵਾਰ ਵਾਰ ਜਿਹੜੇ ਜ਼ਿੰਮੇਵਾਰ ਬੰਦੇ ਉਹਨਾਂ ਨੇ ਬੇਨਤੀ ਵੀ ਕੀਤੀ ਪਰ ਉਹਨਾਂ ਦੇ ਕੰਨ ਤੇ ਜੂੰ ਨਹੀਂ ਛੜਕੀ ਵੀ ਇਹ ਪਾਣੀ ਦਾ ਲੈਵਲ ਘਟਾ ਦੇਈਏ ਜਿਹੜਾ ਸੌਖਾ ਬੰਨ ਬਾਜੀ ਇਹੋ ਹੀ ਬੇਨਤੀਆਂ ਵਾ ਵੀ ਸਾਡੀ ਜਿਹੜੀ ਅਸੀਂ ਮੰਗ ਇਹੋ ਕਰਦੇ ਹਾਂ ਵੀ ਜਿਹੜਾ MLA ਆ ਸਾਡਾ ਭਗਵੰਤ ਮਾਨ ਜਦੋਂ MP ਸੀ ਉਦੋਂ ਵੀ ਵੇਖ ਕੇ ਗਿਆ ਸਾਡੇ ਮੰਨਦਾ ਏਰੀਆ ਪਰ ਹੁਣ ਤੇ ਮੁੱਖ ਮੰਤਰੀ ਆ ਮੌਕੇ ਦਾ ਮੰਗ ਇਹ ਕਰਦੇ ਹਾਂ ਵੀ ਹੁਣ ਸਾਡੇ ਨਾਲ ਸਰਕਾਰ ਕੋਈ ਹੈਲਪ ਕਰੇ ਸਾਡੀ ਆਣ ਕੇ ਬਾਂਹ ਫੜੇ ਸਾਡੀ ਸਾਰ ਲਵੇ ਸਾਡਾ ਬੰਨ ਬਣਾਵੇ ਦਰਿਆ ਦਾ ਪਾਣੀ ਘੱਟ ਕਰੇ ਸਾਨੂੰ ਅੱਜ ਸਰਦਾਰ ਰਾਣਾ ਸਾਹਿਬ ਆਏ ਆ ਇਹਨਾਂ ਭਰੋਸਾ ਦਵਾਇਆ ਵਾ ਵੀ ਪਹਿਲਾਂ ਵੀ ਸਾਡੀ ਇਹਨਾਂ ਸਦਨ 'ਚ ਗੱਲ ਕੀਤੀ ਬਹੁਤ ਇਹਨਾਂ ਦਾ ਧੰਨਵਾਦ ਕਰਦੇ ਹਾਂ ਹੁਣ ਵੀ ਸਾਡਾ ਇਹਨਾਂ ਨੇ ਸਾਰ ਲਈ ਆਣ ਕੇ ਹਾਲੇ ਕਿ ਸਰਕਾਰ ਵੀ ਨਹੀਂ ਇਹਨਾਂ ਦੀ ਮੌਕੇ ਤੇ ਫਿਰ ਵੀ ਸਾਡੀ ਇਹ ਬਾਂਹ ਫੰਡ ਹੈ ਤੇ ਜਿਹੜੇ ਆਮ ਵਾਲੇ ਉਹ ਜਿਨ੍ਹਾਂ ਸਾਡੇ ਕੋਲ ਵੋਟਾਂ ਲਈਆਂ ਉਹ ਵੜੇ ਹੀ ਨਹੀਂ ਇੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
अगले महीने तो पर इस इलाके की संगत में जदोजहद करते हो गए। इन्होंने बड़ी कोशिश करके बन बदा भी थी पर पानी का जरा वास सारा इतने नहाने करके फिर जरा बन उड़ गया। हूँ तो लाते बन चुके भी अपन बन नहीं कह सकते। हम दरिया का जरा महानदरा सारा इधर ही हो चुका, जो पिछला दरिया ही वह सारा बंद हो चुका। इधर जरा एरिया है वा मुंडा पिंड जुरपुरा कड़का करमूला जो सैड जिन्ना भी 5-6 हज़ार एकड़ जमीन सारी बर्बाद हो चुकी है। भावें चना ही भावें झोना ही ये कुछ भी बचा नहीं सारा देख ही सकते। गां आने वाले समा में सीजन जरा कणक का बीज बिजाई का आ रहा जिस हिसाब न पानी का अभाव चल रहा जा जिस तरह पानी घट नहीं रहा पिछों कणक बीजनी भी संभव है। सारे जानते हैं कि जो पंजाब खेती प्रधान सूबा जो खेती होगी तो ही इन्होंने परिवार का गां जो रुजगार चलूगा ना जो खेती ना हो तो फिर सारे बेरोजगारी की अगे पंजाब मार्च है और ज्यादा मार्च है 5-6 हज़ार एकड़ जमीन किसान का नुकसान ये देखो संबंध डिपार्टमेंट का फर्ज है अंदाजा लगावे कि नुकसान हो 5-6 हज़ार एकड़ जी जमीन सामने सामने तो अपने देसी बर्बाद हो रही पिछले इसको की नुकसान अगे की हो जाता ਸੁਲਤਾਨਪੁਰ ਹੀ ਬੰਨੇ ਪਰ ਇੱਥੇ ਜਿਹੜਾ ਇਸ ਟਾਈਮ ਤੇ ਪਾਣੀ ਦਾ ਜਿਹੜਾ ਵਹਾਅ ਨਾ ਸਾਰਾ ਹੋ ਹੀ ਇੱਧਰ ਗਿਆ ਇਸ ਕਰਕੇ ਆਪਾਂ ਇਹਨੂੰ ਬੰਨ ਨਹੀਂ ਕਹਿ ਸਕਦੇ। ਇਹ ਦਰਿਆ ਨੂੰ ਬੰਨਣ ਦੀ ਗੱਲ ਹੀ ਆਪਾਂ ਕਰ ਸਕਦੇ ਹਾਂ। ਵਾਹਿਗੁਰੂ ਦੀ ਕਿਰਪਾ ਕਰੇ ਸੰਗਤ ਸੀਸ ਬਖਸ਼ੇ ਤੇ ਸਾਰੇ ਸਹਿਯੋਗ ਕਰਨ ਦੇ ਆਪਾਂ ਜਿਸ ਕੰਮ 'ਚ ਸਕਸੈਸ ਹੋਈ ਹੈ। ਅੱਜ ਕਿੰਨੇ ਦਿਨ ਹੋ ਗਏ ਬਾਬਾ ਜੀ ਇਹ ਸੇਵਾ ਚੱਲ ਰਹੀ ਹੈ? ਸਾਡੇ ਕੋਲ ਤਾਂ ਘੜਕੇ ਦੀ ਸੰਗਤ ਗਈ ਸੀ ਬੇਨਤੀ ਕੀਤੀ ਇਹਨਾਂ ਨੁਕਸਾਨ ਹੋਇਆ ਅਸੀਂ ਫਿਰ ਬਾਕੀ ਸਾਰੇ ਰਜੇ ਵਿੱਚ ਆ ਕੇ ਤੇ ਅਸੀਂ ਫਿਰ ਹਫ਼ਤੇ ਕੁ ਅੰਦਰ ਲੱਗੇ ਹੋਏ ਕਿ ਪ੍ਰਸ਼ਾਸਨ ਦੇ ਅਧਿਕਾਰੀ ਨੇ ਕੋਈ ਗੱਲਬਾਤ ਧਰਨ ਨਾਲ ਆ ਰਹੇ ਹੋ? ਕੋਈ ਜਿਹੜੀ ਸਪਸ਼ਟ ਜੀ ਗੱਲ ਇਹ ਆ ਵੀ ਪ੍ਰਸ਼ਾਸਨਿਕ ਅਧਿਕਾਰੀ ਹੋਣ ਤੇ ਸੰਗਤਾਂ ਵਾਰ ਵਾਰ ਜਾ ਕੇ ਖੁਦ ਵੀ ਫੋਨਾਂ ਤੇ ਮੈਸੇਜ ਆਉਂਦੇ ਪਰਸਨ ਤੌਰ ਤੇ ਜਾ ਕੇ ਮਿਲ ਆਈਆਂ ਖੁਦ ਅਸੀਂ ਵੀ ਬੇਨਤੀਆਂ ਕੀਤੀਆਂ ਸੰਬੰਧਤ ਡਿਪਾਰਟਮੈਂਟ ਨੂੰ ਗੌਰਮੈਂਟ ਨੂੰ ਪਰ ਕਹਿੰਦੇ ਆ ਵੀ ਪਾਣੀ ਅਸੀਂ ਰੋਕ ਦੇਵਾਂਗੇ ਪਰ 6 ਦਿਨ ਤੋਂ ਇਸ ਤਰ੍ਹਾਂ ਚੱਲ ਰਹੇ ਨਹੀਂ ਅਜੇ ਤੱਕ ਕਿ ਆਪਣੀ ਵੱਧ ਹੀ ਰਿਹਾ।